ਪੰਜਾਬੀ ਸਿੰਗਰ ਬੱਬੂ ਮਾਨ ਅਤੇ ਸਿੱਧੂ ਮੂਸੇਵਾਲੇ ਦੇ ਵਿਚਾਲੇ ਅਕਸਰ ਕੰਟਰੋਵਰਸੀ ਚੱਲਦੀ ਰਹਿੰਦੀ ਸੀ। ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵਿਵਾਦਿਤ ਮੁੱਦਾ ਉੱਠਿਆ ਰਹਿੰਦਾ ਸੀ, ਪਰ ਬੱਬੂ ਮਾਨ ਨੇ ਤੋੜੀ ਆਪਣੀ ਚੁੱਪੀ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਮਾਤਾ ਚਰਨ ਕੌਰ ਦੀ ਕੁੱਖੋਂ ਇੱਕ ਛੋਟੇ ਬੱਚੇ ਨੇ ਜਨਮ ਲਿਆ ਅਤੇ ਸਿੱਧੂ ਮੂਸੇਵਾਲੇ ਨੇ ਵੀ ਖੁਸ਼ੀ ਪ੍ਰਗਟਾਈ ਹੈ ਅਤੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਪੋਸਟ ਪਾ ਕੇ ਖੁਸ਼ੀ ਪ੍ਰਗਟਾਈ ਹੈ ਅਤੇ ਉਹਨਾਂ ਨੇ ਕਿਹਾ, ਆ ਨਿਊ ਲਾਈਫ ਵਿਸ਼ਡ ਫੋਰ ਐਂਡ ਪ੍ਰੇਡ ਫੋਰ, ਕੋਂਗਰੈਚੁਲੇਸ਼ਨ ਟੂ ਸ਼ੁਭ ਦੀ ਫੈਮਿਲੀ, ਪਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ, ਲੰਮੀ ਉਮਰ ਹੋਵੇ, ਪੰਜਾਬ ਪੰਜਾਬੀਅਤ ਜਿੰਦਾਬਾਦ। ਬੱਬੂ ਮਾਨ ਨੇ ਪੁਰਾਣੀਆਂ ਗੱਲਾਂ ਵਿਵਾਦਿਤ ਗੱਲਾਂ ਭੁੱਲ ਕੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਬੱਬੂ ਮਾਨ ਦਾ ਅਤੇ ਬਹੁਤ ਹੀ ਵਧੀਆ ਬਾਈ ਨੇ ਪੋਸਟ ਪਾ ਕੇ ਆਪਣਾ ਪਿਆਰ ਪ੍ਰਗਟਾਇਆ ਸਿੱਧੂ ਮੂਸੇਵਾਲੇ ਦੀ ਫੈਮਿਲੀ ਦੇ ਪ੍ਰਤੀ। ਅਤੇ ਤੁਹਾਡੇ ਬੱਬੂ ਮਾਨ ਦੇ ਇਹਨਾਂ ਖਿਆਲਾਂ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ। ਅਤੇ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ, ਰੱਬ ਰਾਖਾ। ਵਸ਼ੀਕਰਨ ਸਿਰਫ 3 ਘੰਟੇ ਦੇ ਵਿੱਚ, ਮੀਆਂ ਰਹਿਮਤ ਖਾਨ, ਇੱਕ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ। ਵਿਦੇਸ਼ ਦੇ ਵਿੱਚ ਨੌਕਰੀ ਹੋਵੇ ਚਾਹੇ ਪੀਆਰ ਦੀ ਸਮੱਸਿਆ, ਸਾਲਾਂ ਤੋਂ ਅਟਕਿਆ ਕੰਮ, ਇੱਕ ਵਾਰ ਦੇ ਵਿੱਚ ਹੀ ਪਾਓ ਸਮਾਧਾਨ। ਵਸ਼ੀਕਰਨ, ਪਿਆਰ ਦੇ ਵਿੱਚ ਧੋਖਾ, ਲਵ ਮੈਰਿਜ, ਮਨਚਾਹਿਆ ਪਿਆਰ, ਸ਼ਾਦੀ ਦੇ ਵਿੱਚ ਰੁਕਾਵਟ, ਤਲਾਕ ਤੇ ਕੋਰਟ ਕੇਸ, ਪਤੀ ਪਤਨੀ ਦੇ ਵਿੱਚ ਅਣਬਣ, ਲੋਟਰੀ ਹੋਵੇ 649 ਜਾਂ ਲਾਟੋ ਮੈਕਸ, ਕਾਲ ਕਰੋ 98 155 26 516। ਸਾਰਿਆਂ ਤੋਂ ਪਹਿਲਾਂ ਕੰਮ ਕਰਨ ਦਾ ਦਾਵਾ।